اعوذ باللہ من الشیطان الرجیم، بسم اللہ الرحمن الرحیم۔ السلام علیکم دوستو، امید ہے سب دوست، سب بھائی، سب ویور خیریت نال ہو دے۔ دوستو، عمران اسلم وڑیج بول رہے ہیں، ضلع سرگودا، تھانہ جھاوریاں، چک حیات پور، بہرا انٹرچینج، سالم انٹرچینج تو دوستو نزدیک ہی ساڈا ڈیرا ہے، ساڈا فارم ہے، ساڈا گاؤں ہے۔ حاجی محمد اسلم وڑیج نام ہے، جنہاں کول جانور ہوندے نے، جنہاں دا ڈیرا ہے، جنہاں دا فارم ہے۔ تے جڑے دوست نویں نے، وہ اپنے چینل مویشی منڈی ٹی وی نو لائک کر لو، سبسکرائب کر لو، تاکہ تواڈے تک مزید اچھے تو اچھے جانوراں دی ویڈیو معلومات آندی رہن۔ دوستو، انشاءاللہ ہر روز کوئی نہ کوئی ویڈیو اپلوڈ کردے رہنے، انشاءاللہ کردے رہواں گے۔ لینے دینے دوستو نصیب نے، سودے نصیباں دے، قدراں دے نے۔ دوستو، اے ویڈ پہلے تو ساڈے چینل تے دیکھی ہوئے دی، وقتی ویڈ ہی آئی ساڈے کول، سوئی ویڈ، پہلا صبح سوئی ہے، وچھی دیتی ماشاء اللہ، ساؤ سیل ہے، سونا جانور ہے، چولستانی فریزین کراس ویڈ دوستو۔ تے تھن چنگا سو، چولستانی گاواں دی ہوندی تھن ٹھیک ہوندے نے، چنگے ہوندے نے، پھر کراس ہو جان چلو دوستو ٹھیک دیندیاں رہندیاں نے، نہیں تو چولستانی گاواں جڑیاں زیادہ تر ہوندیاں نے پیور، وہ اتنا دودھ نہیں دیندیاں، پانچ پانچ چھ چھ کلو ٹائم دا ہی دیندیاں۔ یہ جڑی کراس گاواں ہوندیاں نے، یہ دودھ پندرہ سولہ کلو، اٹھارہ کلو، بیس کلو آرام نال دیندیاں رہندیاں۔ پایا لینا ہوندا ہے، پھر بھکھیاں دھپے باندھی ہے، تو پھر دوستو ایک نہیں دیندیاں، پھر پا بھی نہیں دیندیاں، جنہیں انہوں نے پانا اتنا وہ دودھ دیندیاں رہندیاں۔ دوستو، سجری گاواں سوئی ہے، تو ہلی یہ وچھی نو چھڈ کے بالٹا دودھ آیا سو کور ਅਲੀ ਸਾਡਾ ਨਹੀਂ ਜਿਵੇਂ ਪੱਠੇ ਜਾਂ ਜਿਵੇਂ ਸਾਡਾ ਪਾਣੀ ਕੋੜਾ ਪਾਣੀ ਹੈ ਅਤੇ ਸਾਂਭੀ ਹੋਵੇ ਵੈੜ ਅਤੇ ਜਿਵੇਂ ਰਾਤ ਸਟਾਈ ਹੋਵੇ ਵੈੜੀ ਕੋਲੋਂ ਅਤੇ ਡੇਢ ਡੇਢ ਬਾਲਟੀਆਂ ਨੂੰ ਦੁੱਧ ਦੇਣਾ ਚਾਹੀਦਾ। ਲੈਣੇ ਵਾਲੇ ਲੈਂਦੇ ਪਏ ਨੇ ਅਤੇ ਮਾਸ਼ਾਅੱਲਾ ਜੀ, ਅੱਲਾ ਪਾਕ ਲੈਣੇ ਦੇਣੇ ਵਾਲੇ ਨਸੀਬ ਕਰੇ, ਅੱਲਾ ਪਾਕ ਇਹਦੇ ਸਾਹ ਲੰਮੇ ਕਰੇ ਜੀ, ਵੱਛੀ ਦੇ ਵੀ, ਗਾਂ ਦੇ ਵੀ। ਬਾਕੀ ਗੱਲ ਇਹ ਦੋਸਤੋ, ਦੁੱਧ ਵੀ ਨਸੀਬਾਂ ਦਾ, ਪਾਇਆ ਲਈਦਾ ਸਾਡੇ ਕੋਲ ਜਾ ਕੇ, ਭਾਵੇਂ ਆਪਣੀ ਚਾਰ ਟਾਈਮ ਚਵਾਈ ਕਰਕੇ ਅਤੇ ਚੈੱਕ ਕਰਕੇ ਚੋ ਕੇ ਆਪਣੀ ਪਾਸ ਕਰਕੇ ਤਸੱਲੀ ਕਰਕੇ ਲੈ ਆਓ। ਥਾਣੇ 'ਚ ਨਾੜਨੀ, ਫੁਆਰਨੀ, ਚਵਾਈ ਸੋਹਣੀ, ਸਾਊ ਸੀਲ ਸੋਹਣਾ ਜਾਨਵਰ ਮਾਸ਼ਾਅੱਲਾ ਜੀ, ਅੱਲਾ ਪਾਕ ਇਹਦੇ ਸਾਹ ਲੰਮੇ ਕਰੇ। ਦੋਸਤੋ ਦੋਸਤੋ, ਹੁਣ ਇਹਦੇ ਸੋਚ ਰਹੇ ਹੋਵੋ ਦੇ ਮੁੱਲ ਕਿੰਨਾ, ਸੂਬਾ ਇੱਦਾਂ ਦੱਸ ਦਿੱਤਾ, ਪਹਿਲਾ ਸੂਬਾ ਮਗਰ ਵੱਛੀ ਸੂ, ਤਾਜ਼ੀ ਵੈੜ ਸੂਈ ਹੈ, ਅਤੇ ਕੀਮਤ ਜਿਹੜੀ ਦੋਸਤੋ ਇਹਦੀ 2,30,000 ਰੁਪਇਆ। ਲੋਕੇਸ਼ਨ ਵੀ ਮੈਂ ਦੱਸ ਦਿੱਤੀ, ਜ਼ਿਲ੍ਹਾ ਸਰਗੋਧਾ, ਥਾਣਾ ਜਾਵਰੀਆਂ, ਚੱਕ ਹਯਾਤਪੁਰ, ਬੇਰਾ ਇੰਟਰਚੇਂਜ, ਸਾਲਮ ਇੰਟਰਚੇਂਜ ਨਜ਼ਦੀਕ ਹੈ ਸਾਡਾ ਡੇਰਾ ਫਾਰਮ, ਜਿੱਥੇ ਵੈੜੀ ਖੱਲੀ। ਦੋਸਤੋ, ਸਕਰੀਨ 'ਤੇ ਵੀ ਨੰਬਰ ਦਿੱਤੇ ਨੇ ਹਾਜੀ ਸਾਹਿਬ ਦੇ, ਦੋਵੇਂ ਨੰਬਰ ਚਲਦੇ ਹੁੰਦੇ ਨੇ, ਵਟਸਐਪ, ਈਮੋ ਵੀ ਹੈ। ਅਤੇ ਕਿ ਹਾਜੀ ਸਾਹਿਬ ਨੂੰ ਮਸਲਾਂ ਕੋਈ ਬੰਦਾ, ਕੋਈ ਦੋਸਤ ਇਸ ਗਾਂ ਦੇ ਬਾਰੇ ਗੱਲ ਕਰਨਾ ਚਾਹੇ, ਪੁੱਛਣਾ ਚਾਹੇ ਹਾਜੀ ਸਾਹਿਬ ਕੋਲੋਂ ਇਹਦੀ ਕੀਮਤ ਮਜ਼ੀਦ, ਕਿ ਵੈਸੇ ਤਾਂ ਮੈਂ ਦੱਸ ਦਿੱਤੀ ਹੈ, ਉਹ ਆਈ ਸਾਹਿਬ ਨੂੰ ਇਸ ਤਰ੍ਹਾਂ ਕਿ ਆਈ ਸਾਹਿਬ ਜਿਹੜੀ ਚੋਲਸਤਾਨੀ ਫਰੀਦੀਨ ਕਰਾਸ ਵੈੜ ਹੈ ਜਿਹਦੇ ਮਗਰ ਵੱਛੀ ਹੈ, ਤਾਜ਼ੀ ਸੂਈ ਹੈ, ਉਹ ਫਿਰ ਸਮਝ ਜਾਂਦੇ ਨੇ ਕਿ ਕਿਸ ਜਾਨਵਰ ਦੀ ਬੰਦਾ ਗੱਲ ਕਰ ਰਿਹਾ ਵੇ। ਆਈ ਸਾਹਿਬ ਨੂੰ ਮੈਂ ਕਿਹਾ ਸੀ ਟੈਗ ਲੈ, ਉਹ ਗਾਵਾਂ ਨੇ ਟੈਗ ਲਾ ਦਿੱਤੇ, ਟੈਗ ਨੰਬਰ, ਕਿ ਆਸਾਨੀ ਜੀ ਹੈ ਫਲਾਣੇ ਟੈਗ ਨੰਬਰ ਦੀ ਗੱਲ ਆਈ ਸਾਹਿਬ ਅਸਾਂ ਕਰਨੀ ਹੈ ਜਾਂ ਲੈਣੀ ਦੇਣੀ ਹੈ। ਉਹ ਚਲੋ ਖੈਰ, ਇਨਸ਼ਾਅੱਲਾ ਕੋਈ ਨਾ ਕੋਈ ਹੱਲ ਕੱਢਾਂਗੇ। ਅਤੇ ਬਾਕੀ ਇਨਸ਼ਾਅੱਲਾ ਦੋਸਤੋ, ਇੱਕ ਰਿਕੁਐਸਟ ਅੱਗੇ ਵੀ ਕੀਤੀ ਹੈ, ਫਿਰ ਵੀ ਕਰਦੇ ਰਹਾਂਗੇ, ਭਰਾਵਾਂ ਅੱਗੇ ਹੀ ਕਰੀ ਦੀ ਹੈ, ਕਿ ਵੀਡੀਓ ਲਾਈਕ ਕਰ ਛੱਡਿਆ ਕਰੋ ਦੋਸਤੋ। ਕੋਸ਼ਿਸ਼ ਤਾਂ ਇੰਨੀ ਹੈ ਕਿ ਵੀਡੀਓ ਸਾਡੀ 'ਤੇ 1,000 ਕਮ ਅਜ਼ ਕਮ ਲਾਈਕ ਹੁੰਦਾ ਰਹੇ। ਜਾਨਵਰ ਵੀ ਬੜਾ ਜਾਇਜ਼ ਹੈ, ਸੋਹਣਾ ਵੇ, ਦੁੱਧ ਵੀ ਬੜਾ, ਸੁਕੀਮਤ ਵੀ ਬੜੀ ਮੁਨਾਸਬ ਹੈ, ਅਤੇ ਇੱਕ ਲਾਈਕ ਕਰਦਿਆਂ ਮੇਰਾ ਖਿਆਲ ਹੈ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਮਿਹਰਬਾਨੀ ਤੁਹਾਡੀ, ਰਿਕੁਐਸਟ ਸਮਝ ਲਓ ਭਾਈ ਦੀ, ਕਮੈਂਟ ਕਰ ਛੱਡਿਓ, ਹੋ ਸਕੇ ਸ਼ੇਅਰ ਕਰ ਛੱਡਿਓ। ਕੋਸ਼ਿਸ਼ ਬੜੀ ਕਰਨੇ ਆ ਦੋਸਤੋ, ਵੀਡੀਓ ਬਣਦੀ ਹੈ, ਆਉਂਦੀ ਹੈ, ਅਤੇ ਲਾਉਂਦੇ ਹਾਂ। ਅਗਰ ਸੌਦੇ ਦੋਸਤੋ ਨਸੀਬਾਂ ਦੇ ਨੇ, ਅਤੇ ਇਨਸ਼ਾਅੱਲਾ ਲਾਉਂਦੇ ਵੀ ਰਹਾਂਗੇ। ਅਤੇ ਮਾਸ਼ਾਅੱਲਾ ਮਾਸ਼ਾਅੱਲਾ ਦੋਸਤੋ, ਤੁਹਾਡਾ ਤਾਵਨ ਚਾਹੀਦਾ, ਸਾਥ ਚਾਹੀਦਾ, ਫਿਰ ਰਿਕੁਐਸਟ ਜ਼ਰੂਰ ਕਰਾਂਗਾ, ਵੀਡੀਓ ਲਾਈਕ ਕਰ ਛੱਡਿਓ, ਹੋ ਸਕੇ ਸ਼ੇਅਰ ਕਰ ਛੱਡਿਓ। ਬਾਕੀ ਜਿਸ ਭਾਈ ਨੂੰ, ਜਿਸ ਦੋਸਤ ਨੂੰ ਪਸੰਦ ਹੋਵੇ, ਉਹ ਰਾਬਤਾ ਕਰ ਸਕਦਾ, ਅਤੇ ਵਟਸਐਪ, ਈਮੋ 'ਤੇ। ਕੋਸ਼ਿਸ਼ ਕਰਿਆ ਕਰੋ ਦੋਸਤੋ, ਸਕਰੀਨਸ਼ਾਟ ਲੈ ਲਿਆ, ਪਿਕਚਰ ਲੈ ਲਈ, ਜਿਹੜਾ ਜਾਨਵਰ ਤੁਹਾਨੂੰ ਪਸੰਦ ਹੋਵੇ,
ਉਹਦਾ ਲੈ ਕੇ ਇਮਰਾਨ ਭਈਆ ਇਸ ਜਾਨਵਰ ਦੀ ਅਸੀਂ ਮੇਨ ਚੀਜ਼ ਅੱਛੀ ਚੀਜ਼ ਇਹੀ ਹੁੰਦੀ ਕਿ ਉਹ ਸਨ ਮੈਂ ਕਈ ਵਾਰੀ ਜਾਨਵਰ ਕਈ ਵਾਰੀ ਪੁੱਛੇ ਨੇ ਦੱਸੇ ਨੇ ਲੈਣਾ ਦੇਣਾ ਕਿਸੇ ਵਾਸਤੇ ਸਕਰੀਨਸ਼ਾਟ ਲੈ ਲੈਣਾ ਜਾਂ ਵੀਡੀਓ ਛੋਟੀ ਜਿਹੀ ਬਣਾ ਲਈ ਭਾਈ ਜੀ ਇਸ ਜਾਨਵਰ ਦੀ ਗੱਲ ਪੁੱਛਣੀ ਹੈ ਫਾਈਨਲ ਕਿੰਨੇ ਦੇ ਉਹਦੇ ਕੀ ਕਰੋ ਉਹਦੇ ਕਿਉਂਕਿ ਕਈ ਵਾਰੀ ਕੋਈ ਦੋਸਤ ਕੁਝ ਭਾਈ ਜਾਨਵਰਾਂ ਦੀ ਵੀਡੀਓ ਮੈਨੂੰ ਇਕੱਠੀ ਭੇਜ ਦੇਣ ਕਿ ਇਮਰਾਨ ਭਾਈ ਇਹ ਜਾਨਵਰ ਨੇ ਸਾਡੇ ਕੋਲ ਅਤੇ ਐਫ ਆਰ ਸੇਲ ਨੇ ਵਿੱਚੋਂ ਸਾਨੂੰ ਜਿਹੜਾ ਪਸੰਦ ਹੋਵੇ ਸਾਡੀ ਜੇ ਮਰਜ਼ੀ ਦਾ ਹੋਵੇ ਸੀ ਉਹ ਲੈਣਾ ਹੁੰਦਾ ਕਿ ਯਾਰ ਇਹ ਜਾਨਵਰ ਦੀ ਗੱਲ ਕਰੋ ਸਾਡੇ ਨਾਲ ਫਾਈਨਲ ਅਤੇ ਹੋਰ ਕਿਸੇ ਜਾਂ ਭਾਈ ਨੇ ਕੋਈ ਦੋਸਤ ਨੇ ਇਹਦੇ ਤੋਂ ਇਲਾਵਾ ਅੱਛੀ ਤੋਂ ਅੱਛੀ ਗਾਵਾਂ ਖੜੀਆਂ ਨੇ ਉਹਨਾਂ ਦੀ ਵੀ ਅੱਜ ਮੈਂ ਇਨਸ਼ਾਅੱਲਾ ਆਈ ਸਾਹਿਬ ਨੂੰ ਕਿਹਾ ਸੀ ਵੀਡੀਓ ਫਿਰ ਭੇਜਿਓ ਕਿ ਫਿਰ ਆਪਣੇ ਚੈਨਲ 'ਤੇ ਇਨਸ਼ਾਅੱਲਾ ਜ਼ਰੂਰ ਲਾਉਂਦੇ ਇਨਸ਼ਾਅੱਲਾ ਇਨਸ਼ਾਅੱਲਾ ਠੀਕ ਹੋ ਗਿਆ ਦੋਸਤੋ ਦੁਆਵਾਂ ਯਾਦ ਰੱਖਿਓ ਆਪਣਾ ਖਿਆਲ ਰੱਖਿਓ ਉਸ ਤੋਂ ਇਲਾਵਾ ਇੱਕ ਹੋਰ ਰਿਕੁਐਸਟ ਹੈ ਕੋਈ ਦੋਸਤ ਕੋਈ ਭਾਈ ਜਿਹੜਾ ਇਸ ਸ਼ੌਕ ਰੱਖਦਾ ਹੋਵੇ ਜਾਨਵਰਾਂ ਦਾ ਚੈਨਲ ਦੇ ਯੂਟਿਊਬ ਦੇ ਬਾਰੇ ਕੁਝ ਜਾਣਦਾ ਹੋਵੇ ਮੈਨੂੰ ਕੁਝ ਰਹਿਨੁਮਾਈ ਚਾਹੀਦੀ ਹੈ ਇਸ ਬਾਰੇ ਥੋੜ੍ਹੀ ਜਿਹੀ ਸਾਡੇ ਚੈਨਲ ਵਾਸਤੇ ਸੈਟਿੰਗ ਵਾਸਤੇ ਕੋਈ ਦੋਸਤ ਜਾਣਦਾ ਹੋਵੇ ਵਟਸਐਪ ਨੇ ਮੇਰੇ ਨਾਲ ਜ਼ਰੂਰ ਰਾਬਤਾ ਕਰੇ ਬਹੁਤ ਸ਼ੁਕਰੀਆ ਉਹਦਾ ਅਤੇ ਇਨਸ਼ਾਅੱਲਾ ਫਿਰ ਮਜ਼ੀਦ ਗੱਪ ਸ਼ੱਪ ਲੱਗਦੀ ਰਹੇ ਜੀ ਦੁਆਵਾਂ ਯਾਦ ਰੱਖਿਓ ਜੀ ਆਪਣਾ ਖਿਆਲ ਰੱਖਿਓ ਫੀ ਮਾਨ ਇਲਾ ਜੀ ਦੋਸਤੋ ਵੀਡੀਓ ਲਾਈਕ ਕਰ ਛੱਡਿਓ ਤੁਹਾਡਾ ਬਹੁਤ ਸ਼ੁਕਰੀਆ ਅੱਲਾ ਹਾਫਿਜ਼ ਜੀ ਫੀ ਮਾਨ ਇਲਾ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਫਿਰ ਮਿਲਾਂਗੇ ਜੀ ਫਿਰ ਦੱਸਦਿਆਂ ਦੋਸਤੋ ਇਸ ਗਾਂ ਦੀ ਕੀਮਤ 2,30,000 ਹੈ ਪਹਿਲਣ ਵਹਿੜ ਹੈ ਮਗਰ ਵੱਛੀ ਹੈ ਪਹਿਲਾਂ ਸੁਬਾ ਸੂਈ ਹੈ ਤਾਜ਼ੀ ਸੂਈ ਹੈ ਵੱਛੀ ਨੂੰ ਛੱਡ ਕੇ ਦੁੱਧ ਦੀ ਬਾਲਟੀ ਥੱਲੇ ਸੂ ਜਿਹੜਾ ਮਰਜ਼ੀ ਬੰਦਾ ਦੋ ਟਾਈਮ ਤਿੰਨ ਟਾਈਮ ਆਪਣੀ ਜਾ ਕੇ ਚੋ ਕੇ ਚੈੱਕ ਕਰ ਸਕਦਾ ਥਣ ਚੱਡਾ ਹਰ ਚੀਜ਼ ਸਾਫ਼ ਸੁਥਰੀ ਸਾਹੂ ਅਸੀਲ ਸੋਹਣਾ ਜਾਨਵਰ ਹੈ ਪੋਡੀ ਵੈੜ ਅਤੇ ਗਰਮੀ ਸਰਦੀ ਬਰਦਾਸ਼ਤ ਕਰਨ ਵਾਲਾ ਜਾਨਵਰ ਹੈ ਹਾਲੀ ਤਾਜ਼ੀ ਸੂਈ ਦੋਸਤੋ ਜਿਹਨੇ ਸਾਂਭੜੀ ਇਹਨੇ ਉਸ ਤੋਂ ਬਾਅਦ ਦੁੱਧ ਲੈਣਾ ਸਾਡਾ ਦੋਸਤੋ ਮਾਲ ਹੀ ਢੇਰ ਸਾਰਾ ਹੁੰਦਾ ਫਿਰ ਅਤੇ ਜਿਸ ਬੰਦੇ ਆਪ ਸਾਂਭਣੀਆਂ ਨੇ ਵੰਡੇ ਪੱਠੇ ਖੁਰਾਕ ਮਿਨਰਲ ਕੈਲਸ਼ੀਅਮ ਹਰ ਚੀਜ਼ ਪਾਣੀ ਹੈ ਦੋ ਸੌ ਡੇਢ ਡੇਢ ਬਾਲਟੀ ਉਸ ਦੁੱਧ 'ਚ ਹੋਣਾ ਹਾਲੀ ਵੀ ਇੰਨਾ ਦੁੱਧ ਹੈ ਸੂ ਸਾਰੀ ਥੱਲੇ ਵੱਛੀ ਨਾ ਛੱਡੀਏ ਤਾਂ ਲੇਕਿਨ ਫਾਲਾਂ ਨੂੰ ਵੀ ਛੱਡਣਾ ਦੁੱਧ ਜੀ ਅਤੇ ਮਾਸ਼ਾਅੱਲਾ ਜੀ ਅੱਲਾ ਪਾ ਖੈਰ ਕਰੇ ਦੋਸਤੋ ਵੱਛੀ ਹੋਈ ਸੀ ਬਿਲਕੁਲ ਛੋਟੀ ਜੀ ਅਤੇ ਲੇਕਿਨ ਹੁਣ ਠੀਕ ਹੈ ਮਾਸ਼ਾਅੱਲਾ ਦੁੱਧ ਰੱਜ ਪੀਂਦੀ ਬੋਲਾ ਰੱਜ ਕੇ ਬੋਲਾ ਕੋਸ਼ਿਸ਼ ਕਰਿਓ ਕਰੋ ਜਿਹੜੀ ਵੈੜ ਜਾਂ ਗਾਂ ਮਾਈ ਸੂਵੇ ਫਲ ਨੂੰ ਬੋਲਾ ਰੱਜ ਪਿਆ ਕਰੋ ਉਹਦੇ ਨਾਲ ਫਲ ਜਿਹੜਾ ਇੱਕ ਵਾਰੀ ਉੱਠ ਜਾਂਦਾ ਉਹਦੀ ਹੱਡੀ ਮਜ਼ਬੂਤ ਹੋ ਜਾਂਦੀ ਅੱਲਾ ਹਾਫਿਜ਼ ਜੀ ਦੁਆਵਾਂ ਯਾਦ ਰੱਖਿਓ ਆਪਣਾ ਖਿਆਲ ਰੱਖਿਓ ਫੀ ਮਾਨ ਇਲਾ